chest tightness, ਸਾਹ ਲੈਣ ਵੇਲੇ ਸੀਟੀ ਦੀ ਆਵਾਜ਼ ਆਉਣਾ, ਸਾਹ ਚੜ੍ਹਨਾ, ਖਾਂਸੀ ਆਉਣਾ, ਕੋਈ ਵੀ ਸਿੰਪਟਮ ਲੱਗ ਰਹੇ ਨਾ ਤਾਂ ਤੁਸੀਂ ਆਪਣੇ ਨੀਅਰ ਬਾਏ ਚੈਸਟ ਸਪੈਸ਼ਲਿਸਟ ਨੂੰ ਜ਼ਰੂਰ ਦੇਖੋ। ਤਾਦਾਦ ਹਰ ਸਾਲ ਵੱਧਦੀ ਜਾ ਰਹੀ ਹੈ ਬਿਕੋਜ਼ ਆਫ ਏਅਰ ਪੋਲਿਊਸ਼ਨ, ਮੋਸਟ ਕਾਮਨ ਰੀਜ਼ਨ ਹੈ ਜੋ ਅੱਜ ਕੱਲ੍ਹ ਇਹਦਾ। ਬਾਕੀ ਇਹਦੇ ਮਲਟੀਪਲ ਰਿਸਕ ਫੈਕਟਰ ਹੈਗੇ ਨੇ ਜਿਹਨਾਂ ਵਿੱਚ ਪੋਲਨ ਤੋਂ ਐਲਰਜੀ ਹੁੰਦੀ ਹੈ ਬਹੁਤ ਸਾਰੇ ਪੇਸ਼ੈਂਟਸ ਨੂੰ, ਆਸਟੋਸਟੋਮਾਈਟ ਤੋਂ ਐਲਰਜੀ ਹੁੰਦੀ ਹੈ, ਫਿਰ ਵਰਕ ਇੰਡਿਊਸਡ ਆਕੂਪੇਸ਼ਨਲ ਅਸਥਮਾ ਹੋ ਜਾਂਦਾ ਜਿਹਨਾਂ ਨੂੰ ਕੋਈ ਕੰਮ ਦੇ ਕਰਕੇ ਦਮੇ ਦੀ ਦਿੱਕਤ ਆ ਜਾਂਦੀ ਹੈ। ਹੋਰ ਇਹਦੇ ਵਿੱਚ ਕਈ ਵਾਰੀ ਪੇਸ਼ੈਂਟ ਦਾ ਵੇਟ ਬਹੁਤ ਜ਼ਿਆਦਾ ਹੁੰਦਾ ਹੈ ਜਾਂ ਪੇਸ਼ੈਂਟ ਨੂੰ ਗੈਸਟ੍ਰਾਈਟਿਸ ਦੀ ਪ੍ਰੋਬਲਮ ਰਹਿੰਦੀ ਹੈ, ਉਹਨਾਂ ਪੇਸ਼ੈਂਟ ਦੇ ਵਿੱਚ ਵੀ ਅਸਥਮਾ ਹੋਣ ਦੇ ਚਾਂਸ ਨੋਰਮਲ ਪੇਸ਼ੈਂਟ ਦੇ ਨਾਲੋਂ ਜ਼ਿਆਦਾ ਵੱਧ ਜਾਂਦੇ ਨੇ। ਜਿਹਦੀਆਂ ਮਲਟੀਪਲ ਟਾਈਪਸ ਹੁੰਦੀਆਂ ਜਿਹਦੇ ਵਿੱਚ ਈਓਸਿਨੋਫਿਲਿਕ ਅਸਥਮਾ ਆ ਜਾਂਦਾ ਹੈ ਜੋ ਕਿ ਸਟੀਰੋਇਡ ਨੂੰ ਬਹੁਤ ਵਧੀਆ ਰਿਸਪੋਂਸ ਕਰਦਾ ਹੈ, ਨਿਊਟ੍ਰੋਫਿਲਿਕ ਅਸਥਮਾ ਆ ਜਾਂਦਾ ਹੈ, ਆਕੂਪੇਸ਼ਨਲ ਅਸਥਮਾ ਆ ਜਾਂਦਾ ਹੈ, ਐਕਸਰਸਾਈਜ਼ ਇੰਡਿਊਸਡ ਅਸਥਮਾ ਆ ਜਾਂਦਾ। ਇਹਦੇ ਵਿੱਚ ਪੇਸ਼ੈਂਟ ਕਈ ਸਾਡੇ ਕੋਲ ਜਿਮ ਜੋ ਬਹੁਤ ਲਗਾਉਂਦੇ ਨੇ ਲੋਕ ਉਹ ਹੁੰਦੇ ਨੇ ਕਿ ਐਕਸਰਸਾਈਜ਼ ਸ਼ੁਰੂ ਕਰਨ ਤੋਂ ਬਾਅਦ ਸਾਹ ਦੀ ਬਹੁਤ ਜ਼ਿਆਦਾ ਦਿੱਕਤ ਆ ਜਾਂਦੀ ਹੈ ਕਿਉਂਕਿ ਐਕਸਰਸਾਈਜ਼ ਵੀ ਪ੍ਰੋਨ ਕਰਦੀ ਹੈ ਸਾਡੀ ਬ੍ਰੋਂਕੋ ਕੰਸਟ੍ਰਿਕਸ਼ਨ ਨੂੰ ਵਧਾ ਦਿੰਦੀ ਹੈ। ਅਸੀਂ ਡਾਇਗਨੋਸ ਕਿਵੇਂ ਕਰਦੇ ਹਾਂ ਅਸਥਮਾ? ਅਸਥਮਾ ਬੇਸਿਕਲੀ ਕਲੀਨਿਕਲ ਡਾਇਗਨੋਸਿਸ ਹੈ, ਬਹੁਤ ਵਾਰੀ ਹੁੰਦਾ ਕਿ ਅਸੀਂ ਪੇਸ਼ੈਂਟ ਦੇ ਡਾਇਗਨੋਸ ਕਰਨ ਲਈ ਐਕਸਰਸਾਈਜ਼ ਪਾਇਰੋਮੀਟਰੀ ਕਰਦੇ ਹਾਂ, ਪਰ ਮੋਸਟਲੀ ਉਹ ਨੋਰਮਲ ਹੁੰਦੀ ਹੈ। ਪਰ ਪੇਸ਼ੈਂਟ ਟਿਪੀਕਲੀ ਹਿਸਟਰੀ ਦਿੰਦਾ ਹੈ ਕਿ ਉਹਦੀ ਸੀਟੀ ਦੀ ਆਵਾਜ਼ ਹੁੰਦੀ ਹੈ, ਸਾਹ ਲੈਣ ਲੱਗਿਆ, ਜਾਂ ਚੈਸਟ ਬਹੁਤ ਟਾਈਟ ਫੀਲ ਹੁੰਦੀ ਹੈ, ਜਾਂ ਫਿਰ ਰਾਤ ਨੂੰ ਜਾਂ ਸਵੇਰੇ ਵੇਲੇ ਖਾਂਸੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਕਈ ਪੇਸ਼ੈਂਟ ਦੇ ਵਿੱਚ ਥੋੜ੍ਹੀ ਦਿੱਕਤ ਰਹਿੰਦੀ ਹੈ, ਉਹਨਾਂ ਨੂੰ ਫੈਮਲੀ ਹਿਸਟਰੀ ਵੀ ਹੁੰਦੀ ਹੈ ਜਿਵੇਂ ਐਲਰਜੀ ਦੀ ਹਿਸਟਰੀ ਰਹਿੰਦੀ ਹੈ ਜਾਂ ਐਗਜ਼ੀਮਾ ਦੀ ਹਿਸਟਰੀ ਰਹਿੰਦੀ ਹੈ, ਐਲਰਜੀ ਰਾਈਨਾਈਟਿਸ ਰਹਿੰਦਾ ਹੈ ਪੇਸ਼ੈਂਟ ਨੂੰ ਮੌਸਮ ਬਦਲਣ 'ਤੇ ਸਾਹ ਦੀ ਦਿੱਕਤ ਵੱਧ ਜਾਣਾ, ਤਾਂ ਮੋਸਟਲੀ ਪੇਸ਼ੈਂਟ ਦਾ ਇਹ ਕਲੀਨਿਕਲ ਡਾਇਗਨੋਸਿਸ ਆ। ਅਤੇ ਆਸਕਲਟੇਸ਼ਨ 'ਤੇ ਆਪਾਂ ਨੂੰ ਚੈਸਟ ਦੇ ਵਿੱਚ 20 ਬ੍ਰੌਂਕਾਈ ਮਿਲਦੇ ਨੇ, ਡਾਇਗਨੋਸ ਕਰਨ ਲਈ ਹੈਲਪ ਆਪਾਂ ਲੈ ਸਕਦੇ ਹਾਂ ਸਪਾਇਰੋਮੀਟਰੀ, ਜਿਹਦੇ ਵਿੱਚ ਆਪਾਂ ਪੋਸਟ ਬ੍ਰੌਂਕੋ ਡਾਇਲੇਟਰ ਵੀ ਸਪਾਇਰੋਮੀਟਰੀ ਨੂੰ ਚੈੱਕ ਕਰਦੇ ਹਾਂ ਕਿ ਇਨਹੇਲਰ ਦੇਣ ਤੋਂ ਬਾਅਦ ਕਿੰਨੀ ਇੰਪਰੂਵਮੈਂਟ ਆਈ। ਕਈ ਵਾਰ ਇਹਦੇ ਵਿੱਚ ਫਿਨੋ ਇੱਕ ਬਹੁਤ ਹੈਲਪਫੁਲ ਟੈਸਟ ਆ ਜੋ ਈਓਸਿਨੋਫਿਲਿਕ ਇਨਫਲਮੇਸ਼ਨ ਕਿੰਨੀ ਆ, ਪੇਸ਼ੈਂਟ ਨੂੰ ਸਟੀਰੋਇਡ ਦਾ ਰਿਸਪੋਂਸ ਕਿੰਨਾ ਆਏਗਾ, ਉਹਦੇ ਵਿੱਚ ਵੀ ਕਾਫੀ ਮਦਦਗਾਰ ਸਾਬਿਤ ਹੁੰਦਾ ਹੈ। ਟ੍ਰੀਟਮੈਂਟ ਪਾਰਟ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਜੋ ਹੁੰਦੀ ਹੈ ਉਹਦੇ ਵਿੱਚ ਇਨਹੇਲਰ ਅਤੇ ਸਟੀਰੋਇਡ ਦਾ ਰੋਲ ਹੁੰਦਾ ਹੈ, ਅਤੇ ਉਹਨਾਂ ਦਾ ਮੋਸਟਲੀ ਸਾਈਡ ਇਫੈਕਟ ਪ੍ਰੋਫਾਈਲ ਬਹੁਤ ਨੀਲਾ ਕੰਪੈਰੇਟਿਵਲੀ ਆਪਾਂ ਜੇ ਓਰਲ ਮੈਡੀਕੇਸ਼ਨ ਦੀ ਗੱਲ ਕਰੀਏ, ਕਿਉਂਕਿ ਉਹ ਬੇਸਿਕਲੀ ਲੋਕਲ ਉਹਨਾਂ ਦਾ ਇਫੈਕਟ ਬ੍ਰੌਂਕੋਡਾਇਲੇਸ਼ਨ ਦਾ ਐਜ਼ ਅ ਕੰਮ ਕਰਦੇ ਨੇ ਉਹ, ਅਤੇ ਆਪਾਂ ਇਹਨਾਂ ਤੋਂ ਆਪਾਂ ਭੱਜਣਾ ਨਹੀਂ ਹੈ ਕਿਉਂਕਿ ਜੇ ਬੇਸਿਕਲੀ ਆਪਾਂ ਨੂੰ ਇਸ ਚੀਜ਼ ਦੀ ਦਿੱਕਤ ਹੈ, ਡਾਕਟਰ ਕਹਿ ਰਿਹਾ ਕਿ ਇਨਹੇਲਰ ਦੀ ਲੋੜ ਹੈ, ਤਾਂ ਆਪਾਂ ਨੂੰ ਕੰਟੀਨਿਊਸ ਯੂਸ ਆਫ ਇਨਹੇਲਰ ਕਰਨਾ ਹੈ ਆਪਾਂ ਨੂੰ, ਅਤੇ ਡਾਕਟਰ ਦੀ ਮਦਦ ਦੇ ਨਾਲ ਹੀ ਜਦੋਂ ਡਾਕਟਰ ਆਪਾਂ ਨੂੰ ਕਹੇਗਾ ਕਿ ਡੋਜ਼ ਘਟਾਉਣੀ ਆ ਜਾਂ ਵਧਾਉਣੀ ਆ, ਤਾਂ ਉਵੇਂ ਚੱਲਣਾ ਹੈ। ਤਾਂ ਦੂਸਰੀ ਇਸ ਦੇ ਵਿੱਚ ਚੀਜ਼ ਆ ਜਾਂਦੀ ਕਿ ਕਈ ਪੇਸ਼ੈਂਟਸ ਐਵੇਂ ਦੇ ਹੁੰਦੇ ਨੇ ਜਿਹੜੇ ਇਨਸਪਾਈਟ ਆਫ ਟੇਕਿੰਗ ਇਨਹੇਲਰ ਸਟੀਰੋਇਡ ਉਹਨਾਂ ਦਾ ਅਸਥਮਾ ਨਹੀਂ ਕੰਟਰੋਲ ਰਹਿੰਦਾ, ਉਹਨਾਂ ਦੇ ਵਿੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਰੋਲ ਆ ਗਿਆ ਇਮਿਊਨੋਥੈਰੇਪੀ ਦਾ, ਬਾਇਓਲੋਜੀਕਲ ਥੈਰੇਪੀ ਦਾ, ਜਿਹਦੇ ਵਿੱਚ ਇੰਜੈਕਸ਼ਨਸ ਆਉਂਦੇ ਨੇ ਉਹ ਮੈਲੀਜ਼ੂਮੈਬ ਦੇ, ਮੈਪੈਲੀਜ਼ੂਮੈਬ, ਪੈਨਰੈਲੀਜ਼ੂਮੈਬ, ਤਾਂ ਉਹ ਇੰਜੈਕਸ਼ਨਸ ਬਹੁਤ ਹੈਲਪਫੁਲ ਨੇ ਅੱਜ ਕੱਲ੍ਹ ਅਸਥਮਾ ਨੂੰ ਕੰਟਰੋਲ ਕਰਨ ਲਈ। ਕਿਹੜਾ ਅਸਥਮਾ? ਸਵੇਅਰ ਅਸਥਮਾ ਜਾਂ ਡਿਫੀਕਲਟ ਟੂ ਟ੍ਰੀਟ ਅਸਥਮਾ, ਜਿਹੜੇ ਪੇਸ਼ੈਂਟਸ ਇਨਸਪਾਈਟ ਆਫ ਇਨਹੇਲਰ ਉਹਨਾਂ ਦੀਆਂ ਕੋਮੋਬਿਡਿਟੀ ਟ੍ਰੀਟ ਕਰਕੇ ਮਲਟੀਪਲ ਰਿਸਪੈਕਟ ਉਹਨਾਂ ਨੂੰ ਟ੍ਰੀਟ ਕਰਕੇ ਫਿਰ ਵੀ ਅਗਰ ਸਾਹ ਦੀ ਦਿੱਕਤ ਨਹੀਂ ਕੰਟਰੋਲ ਹੋ ਰਹੀ, ਤਾਂ ਆਪਾਂ ਬਾਇਓਲੋਜੀਕਲ ਥੈਰੇਪੀਸ ਯੂਜ ਕਰਦੇ ਹਾਂ ਅਸਥਮਾ ਨੂੰ ਟ੍ਰੀਟ ਕਰਨ ਲਈ। ਬਾਇਓਲੋਜੀਕਲ ਥੈਰੇਪੀ ਤੋਂ ਇਲਾਵਾ ਜਿਵੇਂ ਆਪਾਂ ਕਈ ਪੇਸ਼ੈਂਟ ਦੇ ਟੋਟਲ ਆਈਜੀ ਲੈਵਲ ਚੈੱਕ ਕਰਾਉਂਦੇ ਹਾਂ ਟੂ ਡਾਇਗਨੋਸ ਏ ਬੀ ਪੀ, ਕਿਉਂਕਿ ਅਸਥਮੈਟਿਕ ਪੇਸ਼ੈਂਟਸ ਬਹੁਤ ਪ੍ਰੋਨ ਹੁੰਦੇ ਨੇ ਟੂ ਡਿਵੈਲਪ ਏ ਬੀ ਪੀ, ਜਿਹਨਾਂ ਵਿੱਚ ਫੰਗਲ ਦੀ ਐਲਰਜੀ ਦੀ ਸੈਂਸਟਾਈਜੇਸ਼ਨ ਬਹੁਤ ਕਾਮਨ ਹੋ ਜਾਂਦੀ ਹੈ, ਤਾਂ ਉਹ ਪੇਸ਼ੈਂਟ ਦੇ ਸਿਮਟਮ ਵੀ ਨਹੀਂ ਕੰਟਰੋਲ ਹੁੰਦੇ ਔਨ ਇਨਹੇਲਰ, ਅਤੇ ਆਪਾਂ ਫਿਰ ਟੋਟਲ ਆਈਜੀ ਕਰਾ ਕੇ ਫਿਰ ਉਹਨਾਂ ਦੇ ਸਪੈਸੀਫਿਕ ਆਈ ਜੀ ਜੀ ਐਂਡ ਆਈ ਜੀ ਈ ਫੋਰ ਐਸਪਰਜਿਲਸ ਫਿਊਮੀਗੇਟਸ ਕਰਾਉਂਦੇ ਹਾਂ ਏ ਬੀ ਪੀ ਨੂੰ ਡਾਇਗਨੋਸ ਕਰਨ ਲਈ। ਹੁਣ ਆਪਾਂ ਜੇ ਗੱਲ ਕਰੀਏ ਅਸਥਮਾ ਦੀ ਪ੍ਰੀਵੈਂਸ਼ਨ ਦੀ,
ਤਾਂ ਸਭ ਤੋਂ ਇੰਪੋਰਟੈਂਟ ਰੋਲ ਜੋ ਅੱਜ ਕੱਲ੍ਹ ਇਹਨਾਂ ਚੀਜ਼ਾਂ ਦੇ ਵਿੱਚ ਆ ਜਾਂਦਾ ਹੈ, ਇੱਕ ਤਾਂ ਜੋ ਪੇਸ਼ੈਂਟ ਦਾ ਵੇਟ ਬਹੁਤ ਜ਼ਿਆਦਾ ਹੈ ਉਹ ਆਪ ਉਸ 'ਤੇ ਕੰਮ ਕਰਨ, ਕਿਉਂਕਿ ਓਬੈਸਿਟੀ ਇੱਕ ਵਨ ਆਫ ਦੀ ਮੇਜਰ ਰਿਸਕ ਫੈਕਟਰ ਹੈਗਾ ਇਸ ਸਮਾਜ ਦੇ ਵਿੱਚ। ਵੇਟ ਰਿਡਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ, ਉਸਦੇ ਵਾਸਤੇ ਆਪਣਾ ਲਾਈਫ ਸਟਾਈਲ ਮੋਡੀਫਿਕੇਸ਼ਨ ਚਾਹੇ ਆਪਣੀ ਡਾਇਟ ਚੇਂਜ ਕਰਨੀ, ਉਹ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਫਿਰ ਮਾਸਕ ਦੀ ਵਰਤੋਂ ਕਰਨਾ, ਕਿਉਂਕਿ ਪੋਲਿਊਸ਼ਨ ਕਿਤੇ ਨਾ ਕਿਤੇ ਇੱਕ ਮੇਜਰ ਫੈਕਟਰ ਹੈਗਾ ਅਸਥਮਾ ਦੀ ਪ੍ਰੈਵਲੈਂਸ ਨੂੰ ਇਨਕਰੀਜ਼ ਕਰਨ ਦੇ ਵਿੱਚ, ਤਾਂ ਮਾਸਕ ਦੀ ਵਰਤੋਂ ਕਰਨੀ, ਹੈਲਦੀ ਲਾਈਫ ਸਟਾਈਲ ਫੋਲੋ ਕਰਨਾ, ਅਤੇ ਵੈਕਸੀਨੇਸ਼ਨ ਦਾ ਰੋਲ ਵੀ ਬਹੁਤ ਇੰਪੋਰਟੈਂਟ ਆ ਇਹਦੇ ਵਿੱਚ, ਫਲੂ ਐਂਡ ਨਿਊਮੋਕੋਕਲ ਵੈਕਸੀਨ, ਕਿਉਂਕਿ ਅਸਥਮੈਟਿਕ ਪੇਸ਼ੈਂਟ ਪ੍ਰੋਨ ਰਹਿੰਦੇ ਨੇ, ਕਿਉਂਕਿ ਕੋਮਨ ਕੋਲਡ ਐਜ਼ ਅ ਟ੍ਰਿਗਰ ਕੰਮ ਕਰਦਾ ਹੈ ਅਸਥਮਾ ਦੇ ਵਿੱਚ, ਤਾਂ ਫਲੂ ਦੇ ਚਾਂਸ ਵੱਧ ਜਾਂਦੇ ਨੇ, ਤਾਂ ਆਪਾਂ ਵੈਕਸੀਨੇਸ਼ਨ ਵੀ ਕਰਵਾਉਣੀ ਆ ਜੋ ਪੇਸ਼ੈਂਟਸ ਆਪਣੇ ਅਸਥਮੈਟਿਕ ਹੈਗੇ ਨੇ ਫਲੂ ਅਤੇ ਨਿਊਮੋਕੋਕਲ ਵੈਕਸੀਨ। ਤਾਂ ਇਹ ਸਾਰੇ ਬਹੁਤ ਇੰਪੋਰਟੈਂਟ ਮੇਜਰ ਨੇ ਜੋ ਹੈਲਪ ਕਰਦੇ ਨੇ ਅਸਥਮਾ ਨੂੰ ਕੰਟਰੋਲ ਕਰਨ ਦੇ ਵਿੱਚ। ਜੇਕਰ ਇਹਨਾਂ ਸਿਮਟਮ ਦੇ ਵਿੱਚੋਂ ਕੋਈ ਵੀ ਸਿਮਟਮ ਜਿਹਦੇ ਵਿੱਚ ਚੈਸਟ ਟਾਈਟਨੈਸ, ਸਾਹ ਲੈਣ ਵੇਲੇ ਸੀਟੀ ਦੀ ਆਵਾਜ਼ ਆਉਣਾ, ਸਾਹ ਚੜ੍ਹਨਾ, ਖਾਂਸੀ ਆਉਣਾ, ਅਤੇ ਕੋਈ ਵੀ ਸਿਮਟਮ ਲੱਗ ਰਹੇ ਨਾ, ਤਾਂ ਤੁਸੀਂ ਆਪਣੇ ਨੀਅਰ ਬਾਏ ਚੈਸਟ ਸਪੈਸ਼ਲਿਸਟ ਨੂੰ ਜ਼ਰੂਰ ਦੇਖੋ।